ਇਹ ਮੈਚ 365.com ਤੇ ਲਾਈਵ ਦਿਖਾਇਆ ਜਾ ਰਿਹਾ ਜੀ। ਹੈਲੋ ਸਾਰੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਬੂ ਪ੍ਰਕਾਸ਼ ਚੰਦ ਗਰਗ ਜੀ ਦਾ ਜੀ ਧੰਨਵਾਦ ਜਿਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਵੀ ਕੀਤੀ ਤੇ ਉਹਨਾਂ ਨੂੰ ਹੌਸਲਾ ਅਫਜਾਈ ਵੀ ਕੀਤੀ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਖਿਡਾਰੀਆਂ ਨਾਲ ਜਾਣ ਪਛਾਣ ਕਰਨ ਤੋਂ ਬਾਅਦ ਸਟੇਜ ਵੱਲ ਵਾਪਸ ਜਾ ਰਹੇ ਸਾਡੇ ਅੱਜ ਦੇ ਮੁੱਖ ਮਹਿਮਾਨ ਤੇ ਇਨਾਮਾਂ ਦੀ ਵੰਡ ਕਰਨ ਲਈ ਬਾਬੂ ਪ੍ਰਕਾਸ਼ ਚੰਦ ਜੀ ਗਰਗ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਉਧਰ ਸਾਡੇ ਰਿਸ਼ੀ ਘਮਾਨ ਜੀ, ਹੈਲੋ, ਉਹਨਾਂ ਵੱਲੋਂ 500 ਪੁੱਜਿਆ ਝਰੇੜੀ ਦੀ ਟੀਮ ਦੇ ਵਾਸਤੇ ਆਪਣਾ ਲੈ ਜਾਣ। ਸਾਡੇ ਵਿਚਕਾਰ ਸਾਡੇ ਯੂਥ ਦੇ ਜ਼ਿਲ੍ਹਾ ਪ੍ਰਧਾਨ ਚਮਨਦੀਪ ਸਿੰਘ ਜੀ ਮਿਲਖੀ ਤੇ ਸੰਗਰੂਰ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਵੱਡੇ ਵੀਰ ਬਹੁਤ ਹੀ ਸਤਿਕਾਰਯੋਗ ਰਿਪੂ ਢਿੱਲੋਂ ਜੀ, ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ, ਉਹਨਾਂ ਦਾ ਵੀ ਇੱਥੇ ਜੀਓ ਆਇਆ ਕਲੱਬ ਵੱਲੋਂ ਜੀ ਬਹੁਤ ਬਹੁਤ ਧੰਨਵਾਦ ਜੀ। ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਹਦੇ ਵਿੱਚ ਹੀ ਬਸਦੀ ਯਾਰੋ ਜਾਨ ਪੰਜਾਬੀਆਂ ਦੀ, ਕਿ ਵਿੱਚ ਮੈਦਾਨ ਦੇ ਪਿੜਨਾ ਹੁੰਦਾ ਕੰਮ ਦਲੇਰਾਂ ਦਾ, ਆ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ, ਪੰਜਾਬੀਆਂ ਦੀ ਜਿੰਦ ਜਾਨ ਖੇਡ ਕਬੱਡੀ। ਜ਼ਿਲ੍ਹੇ ਸੰਗਰੂਰ ਦਾ ਇਹ ਪਿੰਡ ਕਹਿੰਦੇ ਭਵਾਨੀਗੜ੍ਹ, ਤੇ ਉਸ ਮਰਹੂਮ ਨੌਜਵਾਨ ਕਹਿੰਦੇ ਬੰਟੀ ਦੀ ਯਾਦ ਦੇ ਵਿੱਚ ਪਹਿਲਾ ਕਬੱਡੀ ਕੱਪ ਅੱਜ ਵੱਡੀ ਤਾਦਾਦ ਚ ਪੁੱਜੇ ਦਰਸ਼ਕ ਵੀਰ, ਤੇ ਵੱਡੇ ਹੀ ਬਜਟ ਦਾ ਕਬੱਡੀ ਕੱਪ ਮੇਰੇ ਵੀਰੋ ਕਰਵਾਇਆ ਜਾ ਰਿਹਾ ਹੈ। ਦੋਨੋਂ ਹੀ ਟੀਮਾਂ ਦੇ ਦਰਮਿਆਨ ਮੈਚ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ। ਹੈਲੋ, ਮੋਟਰਸਾਈਕਲ ਦੋਨੇ ਰੈਡੀ ਨੇ ਜੀ, ਇੱਕ ਰੇਡਰ ਨੂੰ ਵੇਟ ਕਰਦਾ, ਇੱਕ ਜਾਫੀ ਨੂੰ ਜੀ। ਭਵਾਨੀਗੜ੍ਹ ਦੀ ਟੀਮ ਮੇਨ ਸਟੇਜ ਵਾਲੇ ਪਾਸੇ ਤੇ ਦੂਸਰੇ ਪਾਸੇ ਭੈਣੀ ਮਹਾਰਾਜ ਦੀ ਟੀਮ ਤੇ ਗਵਿੰਦਾ ਕਬੱਡੀ ਪਾ ਰਿਹਾ ਤੇ ਦੂਸਰੇ ਪਾਸੇ ਕਹਿੰਦੇ ਜੈਮ ਮੇਰੇ ਵੀਰ। ਨੌਜਵਾਨ ਨੇ ਲਾ ਜਫਾ ਆਪਣੀ ਟੀਮ ਦੇ ਲਈ ਤਕੜਾ ਪੁਆਇੰਟ ਜੋੜ ਦਿੱਤਾ। ਅਗਲਾ ਮੈਚ ਕਿਹੜੀਆਂ ਟੀਮਾਂ ਦਾ ਕਰਵਾਉਣਾ ਹੈ? ਕਬੱਡੀ 65 ਕਿਲੋ ਸਯੂਮਾ ਤੇ ਕਰਾਚੋ ਦੀਆਂ ਟੀਮਾਂ ਨੂੰ ਬੇਨਤੀ, ਉਹ ਟੀਮਾਂ ਜਲਦੀ ਖੇਡ ਮੈਦਾਨਾਂ ਲਾਗੇ ਪੁੱਜਣਗੀਆਂ। ਸਯੂਮਾ ਤੇ ਕਰਾਚੋ ਕਬੱਡੀ 65 ਕਿਲੋ ਦੋ ਕਹਿੰਦੇ ਮੋਟਰਸਾਈਕਲ ਦੇ ਤੇ ਜਾਣਗੇ, ਕਿਹੜੇ ਭਾਗਾਂ ਵਾਲੇ ਖਿਡਾਰੀ ਬਣਦੇ ਆ ਜੋ ਅੱਜ ਕਹਿੰਦੇ ਭਵਾਨੀਗੜ੍ਹ ਦੇ ਕਬੱਡੀ ਕੱਪ ਤੋਂ ਮੋਟਰਸਾਈਕਲ ਜਿੱਤਦੇ ਆ। ਲਓ ਸਾਹਮਣੇ ਗੱਭਰੂ ਦੀ ਪਈ ਹੋਈ ਕਬੱਡੀ ਤੇ ਪੁਆਇੰਟ ਲੈ ਕੇ ਗੱਭਰੂ ਜਾ ਰਿਹਾ ਵਾਪਸ ਆਪਣੀ ਟੀਮ ਦੇ ਲਈ। ਚੱਲ ਵੀ ਨੌਜਵਾਨਾਂ, ਪਾ ਖੇਡ ਮੈਦਾਨ ਦੀ ਕਬੱਡੀ 65 ਕਿਲੋ ਭਾਰ ਵਰਗ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ। ਕਬੱਡੀ 65 ਕਿਲੋ ਦੀਆਂ ਟੀਮਾਂ ਜਲਦੀ ਨਾਲ ਹੀ ਗਰਾਊਂਡਾਂ ਲੱਗੇ ਆ ਜਾਣ। ਲਓ ਗੱਗੀ ਮੇਰੇ ਵੀਰੋ, ਇੱਕ ਗੱਗੀ ਖੀਰਾਂ ਵਾਲ ਦਾ ਮਸ਼ਹੂਰ ਤੇ ਕਦੀ ਲੋਪੋ ਵਾਲੀ ਗੱਗੀ ਦੀ ਗੱਲ ਚੱਲੀ ਨਾ ਖੇਡ ਮੈਦਾਨਾਂ ਵਿੱਚ ਮੇਰੇ ਵੀਰੋ। ਤੇ ਪੁਆਇੰਟ ਜਾਫੀਆਂ ਨੇ ਆਪਣੀ ਟੀਮ ਦੱਸੇ ਵੀ ਜੋੜ ਦਿੱਤਾ ਹੈ। 65 ਕਿਲੋ ਦੀਆਂ ਟੀਮਾਂ ਨੂੰ ਸਾਡੀ ਫਿਰ ਬੇਨਤੀ ਹੈ, ਉਹ ਟੀਮਾਂ ਜਲਦੀ ਨਾਲ ਹੀ ਗਰਾਊਂਡਾਂ ਲਾ ਕੇ ਪੁੱਜਣ। ਗੋਲਡੀ ਤੂਰ ਜੋ ਸਰਪ੍ਰਸਤ ਨੇ ਇਸ ਕਬੱਡੀ ਕੱਪ ਦੀ, ਮੰਗਲ ਧਾਲੀਵਾਲ ਪ੍ਰਧਾਨ ਹੈ, ਜਗਤਾਰ ਤੂਰ ਸਾਡਾ ਵੀਰ, ਤਰਨਜੀਤ ਸਿੰਘ ਕੈਸ਼ੀਅਰ, ਸੁਖਦੀਪ ਸਿੰਘ ਸੁੱਖੀ ਕੈਨੇਡਾ, ਲਾਡੀ ਕੈਨੇਡਾ, ਨੀਰੂ ਕੈਨੇਡਾ, ਜਤਿੰਦਰ ਆਸਟ੍ਰੇਲੀਆ, ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ। ਬਿੱਟੂ ਬਾਸੀ ਅਰਕ, ਲੱਖਾ ਗਹਿਣਾ, ਬਿੱਟੂ ਪੱਟੀਵਾਲ, ਬਿੰਦੂ ਪੱਟੀਵਾਲ, ਇਹਨਾਂ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ। ਸਾਰੇ ਸਹਿਯੋਗੀ ਵੀਰਾਂ ਦਾ, ਇਸ ਇਲਾਕੇ ਦੀਆਂ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ,
ਉਹਨਾਂ ਸਾਰੇ ਹੀ ਸਤਿਕਾਰਯੋਗ ਵੀਰਾਂ ਦਾ ਵੱਡਾ ਧੰਨਵਾਦ ਹੈ। ਸਾਰੇ ਐਨ ਆਰ ਆਈ ਭਰਾਵਾਂ ਦਾ, ਆਸਟ੍ਰੇਲੀਆ ਕੈਨੇਡਾ ਵਾਲੇ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ। ਲਓ ਸਾਹਮਣੇ ਗੱਭਰੂ ਪਾਉਣ ਲੱਗ ਕੇ ਬਾਬਾ ਜਾ ਰਿਹਾ। ਚੱਲ ਬਈ ਨੌਜਵਾਨਾਂ ਪਾ ਖੇਡ ਮੈਦਾਨ ਦੀ ਕਬੱਡੀ ਤੀਸਰੇ ਰਾਉਂਡ ਦਾ ਪਹਿਲਾ ਮੈਚ ਕਬੱਡੀ ਓਪਨ ਦਾ ਕਪਿਆਲ, ਤੇ ਇਹਨਾਂ ਵਿੱਚੋਂ ਜਿਹੜੀ ਟੀਮ ਜਿੱਤੇਗੀ ਘਨੌਰ ਦਾ ਮੈਚ ਕਿਹੜੀ ਟੀਮ ਨਾਲ ਦੱਸਿਓ ਜੀ। ਘਨੌਰ ਦੀ ਟੀਮ ਬਾਈ ਵਿੱਚ ਘਨੌਰ ਸ਼ੇਰੋ ਤੇ ਚਨੇਰੀ ਸੀ, ਇਹ ਤਿੰਨੇ ਟੀਮਾਂ ਜਿਹੜੀਆਂ ਬਾਈ ਵਿੱਚ ਨੇ ਕਪਿਆਲ, ਤੇ ਇਹਨਾਂ ਚੋਂ ਜਿਹੜੀ ਟੀਮ ਜਿੱਤੇਗੀ ਉਸ ਟੀਮ ਦਾ ਮੈਚ ਹੋਵੇਗਾ। ਇਹ ਟੀਮਾਂ ਨੋਟ ਕਰ ਲੈਣ, ਸ਼ੇਰੋ ਘਨੌਰ ਤੇ ਚਨੇਰੀ ਸੀ, ਇਹ ਤਿੰਨੇ ਟੀਮਾਂ ਬਾਈ ਵਿੱਚ ਨੇ। ਔਰ 65 ਕਿਲੋ ਦੀਆਂ ਟੀਮਾਂ ਨੂੰ ਫਿਰ ਬੇਨਤੀ ਹੈ ਉਹ ਟੀਮਾਂ ਜਲਦੀ ਨਾਲ ਹੀ ਗਰਾਊਂਡਾਂ ਲਾ ਕੇ ਪੁੱਜਣ। ਕਬੱਡੀ 65 ਕਿਲੋ ਜਿਹੜਾ ਸੈਮੀਫਾਈਨਲ ਹੋਣਾ ਉਹਨਾਂ ਟੀਮਾਂ ਦਾ, ਉਹ ਟੀਮਾਂ ਜਲਦੀ ਨਾਲ ਹੀ ਗਰਾਊਂਡਾਂ ਲਾ ਕੇ ਆ ਜਾਣ। ਚਾਰ ਜਾਫੀ ਤਿਆਰ ਨੇ ਮੇਰੇ ਵੀਰ, ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ, ਸਿੱਧਾ ਨਹੀਂ ਕੋਈ ਤਕੜਾ ਜੰਮਦਾ, ਜਿਹੜਾ ਫੇਰੇ ਰਾਤੋਂ ਰਾਤ ਬਣ ਨੂੰ ਸਟਾਰ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ, ਲੀਲਾ ਵਾਲਾ ਮੋਹਣਾ ਯਾਰੋ ਗੱਲਾਂ ਸੱਚ ਲਿਖਦਾ ਹੈ, ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਹੈ, ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਹੈ। ਸੀਪੇ ਨੇ ਕੋਸ਼ਿਸ਼ ਕਰੀ ਹੈ ਪਰ ਪਾਣ ਜਿਹੜਾ ਧਾਵੀ ਨੇ ਆਪਣੀ ਟੀਮ ਦੇ ਸਿਵੇ ਜੋੜ ਦਿੱਤਾ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਗੋਬਿੰਦ ਇੱਕ ਕਹਿੰਦੇ ਮਾਣੋ ਕੇ ਸੰਧੂਆਂ ਦਾ ਜਿਹੜੇ ਲੁਧਿਆਣੇ ਦਾ ਹੈ ਮਸ਼ਹੂਰ, ਤੇ ਇੱਕ ਕਹਿੰਦੇ ਹਿੰਦੀ ਫਿਲਮਾਂ ਦਾ ਐਕਟਰ ਗੋਬਿੰਦਾ ਹੈ, ਤੇ ਕਾ ਗੋਬਿੰਦਾ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਮੇਰੇ ਵੀਰੋ। ਤੇ ਦੂਸਰੇ ਪਾਸੇ ਫੜਿਆ ਹੋਇਆ ਗੁੱਟ ਉਸ ਨੌਜਵਾਨ ਦਾ ਹੈ, ਮਾਰੀ ਪੁਸ਼ ਪਰ ਗੋਬਿੰਦਾ ਕਹਿੰਦੇ ਪਾਉਣ ਲੱਗ ਕੇ ਬੱਬ ਜਾ ਰਿਹਾ ਹੈ। ਕਬੱਡੀ 365.com ਅੱਜ ਇਸ ਕਬੱਡੀ ਕੱਪ ਨੂੰ ਜਿਹੜਾ ਲਾਈਵ ਕਰ ਰਹੀ ਹੈ, ਪੂਰੀ ਦੁਨੀਆ ਭਰ ਦੇ ਵਿੱਚ ਇਸ ਕਬੱਡੀ ਕੱਪ ਦਾ ਕਹਿੰਦੇ ਲਾਈਵ ਪ੍ਰਦਰਸ਼ਨ ਜਿਹੜਾ ਦਿਖਾਇਆ ਜਾ ਰਿਹਾ ਹੈ। ਚੱਲ ਵੀ ਨੌਜਵਾਨਾਂ ਪਾ ਖੇਡ ਮੈਦਾਨ ਦੀ ਕਬੱਡੀ, ਇੱਧਰ ਚਾਰ ਜਾਫੀ ਤਿਆਰ ਨੇ ਮੇਰੇ ਵੀਰੋ, ਕੌਣ ਗੁੱਟ ਫੜੇਗਾ ਤੇ ਕੌਣ ਲੱਗੇਗਾ ਲੱਤੀ, ਕਿਹੜਾ ਨਜ਼ਰ ਮੂਹਰੇ ਹੋ ਕੇ ਕਰਾ ਟਾਈਮ ਆਪਣੀ ਟੀਮ ਦੇ ਲਈ ਪੈਣ ਜੋੜੇਗਾ, ਪਰ ਮੇਰੇ ਵੀਰੋ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਕਪਿਆਲ ਤੇ ਜੇਤੂ ਦਾ ਮੈਚ ਤੀਸਰੇ ਰਾਉਂਡ ਦਾ ਕਬੱਡੀ ਓਪਨ ਦਾ ਹੋਵੇਗਾ। ਲਓ ਗੱਗੀ ਮੇਰੇ ਵੀਰ, ਕਦੀ ਕਬੱਡੀ ਦੇ ਵੱਡੇ ਮੱਲ ਕਹਿੰਦੇ ਖੀਰਾ ਮੱਲ ਦੇ ਗੱਗੀ ਦੀ ਗੱਲ ਚੱਲਦੀ, ਉਹ ਮਹਾਨ ਨੌਜਵਾਨ ਹੈ, ਮਾਰੀ ਨੌਜਵਾਨ ਨੇ ਡਾਜ ਤੇ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਸੇਵੇ ਜੋੜ ਦਿੱਤਾ ਹੈ। ਕਰਨ ਸੰਧੂ ਪਾਤੜਾ ਤੇ ਨਵੀਂ ਵਿਰਕ ਪਾਤੜਾ, ਇਹਨਾਂ ਵੀਰਾਂ ਦਾ ਵੀ ਵੱਡਾ ਧੰਨਵਾਦ ਹੈ, ਸਾਡੇ ਬਹੁਤ ਹੀ ਸਤਿਕਾਰਯੋਗ। ਕਰਨ ਸੰਧੂ ਪਾਤੜਾ ਤੇ ਨਵੀਂ ਵਿਰਕ ਪਾਤੜਾ, ਇਹਨਾਂ ਵੀਰਾਂ ਦਾ ਵੀ ਵੱਡਾ ਧੰਨਵਾਦ। ਹੋਰ ਵੀ ਜਿੰਨੀਆਂ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ ਹੈ, ਸਾਰਿਆਂ ਦਾ ਧੰਨਵਾਦ ਹੈ। ਲਓ ਵੇਖੋ ਮੇਰੇ ਵੀਰੋ, ਭਾਵੀ ਤੇ ਜਾਫੀ ਪਿੱਚ ਪੈ ਗਏ ਨਾਲ ਬੇਗਾਨੇ, ਪਤਾ ਲੱਗ ਜੂ ਵਿੱਚ ਮੈਦਾਨੇ ਯਾਰ ਖੁਰਾਕਾਂ ਖਾਧੀਆਂ ਦੀ। ਸਾਡੇ ਸੰਗਰੂਰ ਦੇ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਵੱਡੇ ਵੀਰ ਰਿਪੂ ਢਿੱਲੋਂ ਜੀ ਵੱਲੋਂ 11,000 ਰੁਪਿਆ ਇਸ ਕਲੱਬ ਦੀ ਮਾਲੀ ਮਦਦ ਕੀਤੀ ਜਾਂਦੀ ਆ, ਸਮੁੱਚੇ ਕਲੱਬ ਵੱਲੋਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕੀਤਾ ਜਾਂਦਾ ਜੀ ਸਾਡੀ ਆਰਥਿਕ ਮਦਦ ਕਰਨ ਤੇ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਅਮਰਵੀਰ, ਸਾਰੇ ਹੀ ਸਹਿਯੋਗੀ ਸੱਜਣਾਂ ਦਾ ਵੱਡਾ ਧੰਨਵਾਦ ਹੈ, ਜਿਨ੍ਹਾਂ ਵੀ ਸੱਜਣਾਂ ਨੇ ਇਸ ਕਲੱਬ ਦੇ ਲਈ ਵੱਡੇ ਸਹਿਯੋਗ ਦਿੱਤੇ ਨੇ, ਉਹਨਾਂ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ। ਚੱਲ ਵੀ ਨੌਜਵਾਨ, ਕਿ ਮੂਰਖਾਂ ਦਾ ਕੰਮ ਹੁੰਦਾ ਮੰਨਣੀ ਨਾ ਕਿਸੇ ਦੀ, ਸਿਆਣੇ ਬੰਦੇ ਗੱਲ ਪਹਿਲਾਂ ਸੋਚਦੇ ਵਿਚਾਰਦੇ, ਸੂਰਮੇ ਦਾ ਕੰਮ ਨਹੀਂ ਮੈਦਾਨ ਵਿੱਚੋਂ ਭੱਜਣਾ, ਮਰਦ ਗੁਲਾਮ ਕਦੇ ਬਣਦੇ ਨਹੀਂ ਨਾਰਦੇ, ਹੱਥੀ ਲਾਈ ਬੁੱਝਦੀ ਨੱਗ ਸੁੱਖੀ ਲੋਪੋ, ਜਦੋਂ ਬਣ ਕੇ ਭਾਂਬੜ ਪੈਂਦੀ ਮੱਚ ਲੋਪੋ ਵਾਲਿਆ, ਮਿਹਨਤ ਨਾ ਗੁੱਝ ਰਹਿੰਦੀ ਬੋਲਦੀ ਗਰਾਊਂਡਾਂ ਵਿੱਚ, ਕਦੇ ਲੋਕੇ ਨਾ ਲੁਕਾਇਆ ਸੱਚ ਲੋਪੋ ਵਾਲਿਆ, ਮਿਹਨਤ ਨਾ ਗੁੱਝ ਰਹਿੰਦੀ ਬੋਲਦੀ ਗਰਾਊਂਡਾਂ ਵਿੱਚ। ਕਪਿਆਲ ਤੇ ਜੇਤੂ ਇਹ ਤੀਸਰੇ ਰਾਉਂਡ ਦਾ ਕਬੱਡੀ ਓਪਨ ਦਾ ਪਹਿਲਾ ਮੈਚ ਹੋਵੇਗਾ, ਤੇ 65 ਕਿਲੋ ਭਾਰ ਵਰਗ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਉਹ ਟੀਮਾਂ ਜਲਦੀ ਨਾਲ ਹੀ ਗਰਾਊਂਡਾਂ ਲਾ ਕੇ ਪੁੱਜਣ। ਘਨੌਰ ਸ਼ੇਰੋ ਦੇ ਚਨੇੜੀ ਟੀਮਾਂ ਰਾਜ ਵਿੱਚ ਨੇ, ਲਓ ਸਾਹਮਣੇ ਦੇਖੋ ਮੇਰੇ ਵੀਰੋ। ਹੈਲੋ ਲਾਈਟਾਂ ਵਾਲੇ, ਲੜਾਈ ਨਹੀਂ ਕਰਨੀ, ਬੇਨਤੀ ਹੈ ਕਿਸੇ ਵੀ ਖਿਡਾਰੀ ਨੇ ਡਿਸਿਪਲਨ ਦੇ ਵਿੱਚ ਰਹਿ ਕੇ ਕਬੱਡੀ ਖੇਡਣੀ ਹੈ, ਲੜਾਈ ਕਿਸੇ ਨੇ ਨਹੀਂ ਕਰਨੀ। ਸਤਿਗੁਰੂ ਸਿੰਘ ਜੀ ਚਨੇੜੀ
जो थोड़ा फैसला वो फाइनल डिसीजन होगा जी। लड़ना नहीं किसी ने बेनती है प्यार दे नाल ही आपां ही चल भी गग्गी नौजना पा कबड्डी गग्गी इधर भी गग्गी ते उधर भी कहंदे गग्गी नौजन कबड्डियां पा रहा है कि कजिया कलेश कर खा जांदे वसदे मर जांदा नाता सके भाइयां दे प्यार दा कट के गरीबी जी ने देखी हुई अमीरी मंग ते गरीब ते ठोकरानी मारदा पैरी इश्के दे घुंगरू भी पैंदे नहीं हरेक तो बुला बन के ना सके कोई नच लो पवालिया मेहनत ना गुजरें दी बोल दी ग्राउंडा विच कदे लुके ना लुकाया सच लुप वालिया मेहनत ना गुजरें दी बोल दी ग्राउंडा विच कदे लुके ना लुकाया सच लुप वालिया मेहनत कीतियां हुईयां ने ना गबरुआ दिया मेरे वीरू खादिया खुराकां दे मुल अज कहंदे भवानीगढ़ दी वड्डी तदाद पुजे हो दर्शक वीरां च पै रहे है लो फड़िया गुट मारी कैंची ते छड़ाई कैंची गबरू ने गविंदा पौड़ लैके फिर मेरे वीरू वापस जांदा होया कबड्डी 65 किलो दीआं टीमां नूं बेनती है कबड्डी 65 किलो जल्दी नाल ही टीमां ग्राउंडां लागे पुज्जण कबड्डी 65 किलो दीआं ला जोत नाम इस नौजवान दा मेरे वीरो जो गबरू कबड्डी पा रहा है ते चार जाफी तैयार ने जोत ही पई होई कबड्डी ते लो वेखो मेरे वीरो अंक जाफियां दा है पॉइंट जिहड़ा जाफियां ने अपनी टीम दे सिर ते जोड़ दित्ता है 65 किलो दी टीमां नूं बेनती है जी कबड्डी 65 किलो जल्दी नाल ही टीमां ग्राउंडां लागे पुज जाणगीआं कबड्डी 65 किलो दी है लो गविंदा मेरे वीरो इक ताल तां हर नूं मिल जांदी पर पढ़ना औखा है मंजिल भी रब दे दिंदा पर खड़ना औखा है धरती नूं जो भुल जांदा उह टिकदा नहीं विच समान दे चिरवाला ना जग ते बनाउणा नहीं सुखाला ना दुनिया ते बनाउणा नहीं सुखाला लो पॉइंट गविंदे ने अपनी टीम दे सिर विच जोड़ दित्ता है हैलो अगला टीम मैच जिहड़ा 65 किलो का होगा उहदे साडियां सेवावां असीं दिलशाद ईसी जी तो लवांगे कमेंटर दियां वह भी मेरे वीर कल दे सेवावां निभा रहे ने कबड्डी 65 किलो दीआं टीमां नूं साडी बेनती है 65 किलो जल्दी नाल ही टीमां खेड मैदानां लागे पुज्जणगीआं कबड्डी 65 किलो दीआं है लो चार जाफी तैयार ने मेरे वीरो कि पैंदा जिसम मचाउणा यारो विच जग दे तां जाके चर्चे हुंदे विच जग दे गल्ला सच्ची आखदा है लोपो पिंड वाला ना दुनिया ते बनाउणा नहीं सुखाला अमन वीर वाधू खिडारियों नूं बेनती करो जी भी वो बैठ जाण जां जिन्ना खिडारियों की नहीं ड्यूटी जिहड़े नहीं खेडदे बेनती है बह जाओ रब वर्गे दर्शक वीर उन्हां नूं इन्हां मैचां दा आनंद लैण दो लाओ सामने पॉइंट जिहड़ा जाफी ने अपनी टीम दे सिर जोड़ दित्ता है यह जिहड़ा कबड्डी मैच हो रहा 365.com ते लाइव दिखाया जा रहा है सो सारे देशों विदेशों में यह टूरनामेंट जिहड़ा भवानीगढ़ की धरती से हो रहा है हाँ जी उस स्टेडियम के 365.com से लाइव देख सकते हो जी मेरे वीर बहुत जुड़े हुए ने फोन आ रहे हैं विदेशों चो कि सारे इस मैच का आनंद मार रहे हैं हाँ जी अमन जी मैच समाप्त है भवानीगढ़ की टीम के पार्ट ने 9 ते भैणी महाराज की टीम के पार्ट ने 14.5 हैलो 9 ते 14.5 पॉइंटा ना जी टीम भैणी महरा दी तो रही है नाल ही साडा वीर दिलशाद सारी पुजे बुलारियां दा धन्नवाद है सेवक शेरगढ़ ते नाल साडा वीर शंकी साडे इस पहले बंटी मेमोरियल कबड्डी कप ते पहुंचे साडे सारे सत्कारयोग शख्सियतां दा सब तो पहला बाबू प्रकाश चंद जी गर्ग रिपू ढिल्लों जी का सन्मान करनगे जो प्रधान ने नगर कौंसल संगरूर दे उस तो बाद सन्मान करनगे साढ़े प्रधान प्रेम चंद गर्ग जी का नगर कौंसल भवानीगढ़ तो उस तो बाद साढ़े बहुत ही सहयोगी साढ़े स्पोंसर सतबंत सिंह जी सतबंत एंड एग्रो सतबंत खरे जी उन्हों का सन्मान करनगे उस तो बाद साढ़े सबका प्रधान ट्रक यूनियन गुरतेज सिंह जी झनेड़ी का सन्मान करनगे उस तो बाद साढ़े बड़े वीर कुलवंत सिंह जी जौलिया चेयरमैन ब्लाक समिति भवानीगढ़ उन्हों का सन्मान करनगे उस तो बाद साढ़े जगदीश सिंह जी बलियाल सबका वाइस चेयरमैन मार्केट कमेटी उस तो बाद साढ़े मालविंदर सिंह जी माला
ਉਹਨਾਂ ਦਾ ਵੀ ਸਨਮਾਨ ਕਰਨਗੇ ਬਾਬੂ ਪ੍ਰਕਾਸ਼ ਚੰਦ ਜੀ ਗਰਗ ਸਰਪੰਚ ਝਨੇੜੀ। ਬਹੁਤ ਬਹੁਤ ਧੰਨਵਾਦ ਬੰਟੀ ਦੇ ਪਿਤਾ ਜੀ ਜੋ ਜਿਸ ਦੀ ਯਾਦ ਵਿੱਚ ਅਸੀਂ ਟੂਰਨਾਮੈਂਟ ਕਰਵਾ ਰਹੇ ਹਾਂ, ਉਹਨਾਂ ਦਾ ਵੀ ਸਨਮਾਨ ਬਾਬੂ ਪ੍ਰਕਾਸ਼ ਚੰਦ ਜੀ ਗਰਗ ਵੱਲੋਂ ਕੀਤਾ ਜਾਣਾ ਜੀ। ਤੇ ਸਾਡੇ ਵੀਰ ਚਮਨਦੀਪ ਸਿੰਘ ਜੀ ਮਿਲਖੀ ਉਹ ਵੀ ਸਾਡੇ ਦਰਮਿਆਨ ਆਏ ਨੇ, ਉਹਨਾਂ ਦਾ ਵੀ ਸਨਮਾਨ ਬਾਬੂ ਪ੍ਰਕਾਸ਼ ਚੰਦ ਜੀ ਗਰਗ ਕਰਨਗੇ, ਜੋ ਕਿ ਜ਼ਿਲ੍ਹਾ ਸੰਗਰੂਰ ਅਕਾਲੀ ਦਲ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ, ਹੁਣੇ ਹੁਣੇ ਬਣੇ ਨੇ ਹਜੇ ਤਾਜ਼ੇ। ਹੈਲੋ, ਇਸ ਤੋਂ ਬਾਅਦ ਦੇਵਾ ਐਗਰੀ ਵਰਕਸ ਉਹਨਾਂ ਦਾ ਵੀ ਸਨਮਾਨ ਕਰਨਗੇ ਜੀ ਬਾਬੂ ਪ੍ਰਕਾਸ਼ ਚੰਦ ਜੀ ਗਰਗ ਨਾਲ ਸਾਬਕਾ ADC ਬਲਵੰਤ ਸਿੰਘ ਸ਼ੇਰਗਿੱਲ ਜੀ। ਇੱਕ ਪਾਸੇ ਕਹਿੰਦੇ ਸਰੂਮਾ ਪਿੰਡਾਂ ਤੇ ਦੂਸਰੇ ਪਾਸੇ ਪਿੰਡ ਜਿਹੜਾ ਧਰਾਚੋ ਹੈ, ਦੋਨੋਂ ਟੀਮਾਂ ਦੇ ਦਰਮਿਆਨ ਜਿਹੜਾ ਮੁਕਾਬਲਾ ਸ਼ੁਰੂ ਹੋਣ ਲੱਗਿਆ ਗਾ, ਦੇਵਾ ਐਗਰੀ ਵਰਕਸ ਦਾ ਵੀ ਸਨਮਾਨ ਕਰਨਗੇ ਜੀ। ਸਾਢੇ 15-16 ਪਿੰਡਾਂ ਤੇ ਮੈਂ ਚੁਣਾਂਗਾ ਕਿ ਲੱਥ ਜਾਂਦੀ ਭੁੱਖ ਦੇ ਇੱਕ ਗੁੰਦੇ ਹੋਏ ਸਰੀਰਾਂ ਨੂੰ ਚੁੰਮਦੀ ਆ ਜਿੱਤ ਪੈਰਾਂ ਕੇ ਖੀਰਾਂ ਨੂੰ। ਸਤਿਕਾਰਯੋਗ ਦੀਪੂ ਸੈਕਟਰੀ ਜੀ ਦਾ ਵੀ ਸਨਮਾਨ ਕਰਨਗੇ ਬਾਬੂ ਪ੍ਰਕਾਸ਼ ਚੰਦ ਜੀ ਗਰਗ, ਉਸ ਤੋਂ ਬਾਅਦ ਤੁਹਾਡੇ ਸਾਰੀਆਂ ਸੰਗਤਾਂ ਦੇ ਰੂਬਰੂ ਹੋਣਗੇ ਕਿ ਚੁੰਮਦੀ ਆ ਜਿੱਤ ਪੈਰ ਆਣ ਕੇ ਖੀਰਾਂ ਨੂੰ, ਬੇਟ ਮਾਰ ਦੇ ਜਿਮਾਂ ਦੇ ਵਿੱਚ ਜਾ ਕੇ ਹੁਣ ਮਜ਼ਬੂਤ ਹੱਡੀਆਂ ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ ਜੀ। ਘਰਾਚੋ ਤੇ ਸੋਢੀ ਸਾਹਿਬ ਵੀ ਸਾਡੇ ਦਰਮਿਆਨ ਨੇ, ਉਹਨਾਂ ਦਾ ਵੀ ਇੱਥੇ ਬਹੁਤ ਬਹੁਤ ਧੰਨਵਾਦ ਜੀ। ਸੋ ਇਸ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਵੀ ਕਰਨਗੇ, ਤੇ ਵਿਕਾਸ ਦੇ ਕੀਤੀਆਂ ਜੋ ਤੁਸੀਂ ਸਟੇਡੀਅਮ 'ਚ ਬੈਠੇ ਹੋ ਉਹਦੇ ਲਈ ਜੋ ਵੀ ਉਪਰਾਲੇ ਕੀਤੇ ਨੇ ਉਹਦੇ ਬਾਰੇ ਦੱਸਣਗੇ ਬਾਬੂ ਪ੍ਰਕਾਸ਼ ਚੰਦ ਜੀ ਗਰਗ, ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ। ਲਓ ਕਬੱਡੀ ਇਸ ਗਵਰੋ ਦੀ ਕਹਿੰਦੇ ਛੇ ਤੇ ਸੱਤ ਤਰੀਕ ਮੈਚ ਰੋਕ ਲਓ, ਬੇਨਤੀ ਹੈ ਬਸ ਇੱਕ ਮਿੰਟ ਮੈਚ ਰੋਕ ਲਓ ਜੀ, ਧੰਨਵਾਦ। ਪਹਿਲਾ ਬੰਟੀ ਮੈਮੋਰੀਅਮ ਕਬੱਡੀ ਕੱਪ ਜੋ ਬਾਬਾ ਜਵੰਦ ਸਿੰਘ ਤੂਰ ਜੋ ਸ਼ਹੀਦ ਹੋਏ ਨੇ ਉਸ ਨਾਂ ਦੇ ਉਹਨਾਂ ਦੇ ਕਲੱਬ ਦੀ ਸਰਪ੍ਰਸਤੀ ਹੇਠ ਸਾਡੇ ਬੱਚੇ ਕਰਾ ਰਹੇ ਨੇ। ਮੈਂ ਕਲੱਬ ਦੇ ਸਰਪ੍ਰਸਤ ਮੇਰੇ ਅਜੀਜ਼ ਗੋਲਡੀ ਤੂਰ ਸੁੱਖੀ ਕਨੇਡਾ ਉਹ ਮੰਗਲ ਅਤੇ ਹੋਰ ਉਹਨਾਂ ਦੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ। ਕਬੱਡੀ ਜਿਹੜੀ ਪੰਜਾਬ ਦੀ ਮਾਂ ਖੇਡ ਹੈ, NRI ਸਾਥੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਨੇ ਇਸ ਕਬੱਡੀ ਨੂੰ ਕੱਖਾਂ ਤੋਂ ਕਰੋੜਾਂ ਦੀ ਬਣਾ ਦਿੱਤਾ। ਅੱਜ ਸਾਰੇ ਸੰਸਾਰ ਵਿੱਚ ਕਬੱਡੀ ਦਾ ਨਾਂ ਚੱਲ ਰਿਹਾ ਹੈ, ਇਸੇ ਕਰਕੇ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਬੇਤਹਾਸ਼ਾ ਸਹੂਲਤਾਂ ਦਿੱਤੀਆਂ ਨੇ ਔਰ ਕਰੋੜਾਂ ਰੁਪਏ ਦੇ ਇਨਾਮ ਜਿਹੜੇ ਨੇ ਉਹ ਕਬੱਡੀ ਖਿਡਾਰੀਆਂ ਨੂੰ ਪੰਜਾਬ ਸਰਕਾਰ ਨੇ ਰਕਮੇ ਰੱਖੇ ਨੇ। ਜਿਵੇਂ ਮੇਰੇ ਤੋਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੇ ਖਿਡਾਰੀ ਇੰਟਰਨੈਸ਼ਨਲ ਲੈਵਲ 'ਤੇ ਵਰਲਡ ਕਬੱਡੀ ਕੱਪ ਜਿੱਤੇ ਉਹਨਾਂ ਨੂੰ ਸਰਕਾਰ ਨੇ ਨੌਕਰੀਆਂ ਵੀ ਦਿੱਤੀਆਂ ਨੇ ਔਰ ਸਾਰਾ ਬੈਕਲਾਗ ਸਰਕਾਰ ਨੇ ਖਿਡਾਰੀਆਂ ਲਈ ਪੂਰਾ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਪੋਰਟਸ ਦੇ ਕੋਟੇ ਵਿੱਚ ਹਰ ਕੈਟਾਗਰੀ ਦੀ ਜਿਹੜੀ ਸਰਵਿਸ ਹੈ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਕਿ ਖਿਡਾਰੀਆਂ ਨੂੰ ਹੌਸਲਾ ਰਹੇ। ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਖੇਡ ਦਾ ਆਨੰਦ ਮਾਣ ਰਹੇ ਹੋ। ਮੰਚ 'ਤੇ ਬਹੁਤ ਹੀ ਸਾਡੇ ਸੀਨੀਅਰ ਸਾਥੀ ਬਲਵੰਤ ਸਿੰਘ ਸ਼ੇਰਗਿੱਲ ADC ਰਿਟਾਇਰਡ, ਰਿਪਦੇਮਨ ਸਿੰਘ ਢਿੱਲੋਂ ਚਿਮਨਦੀਪ ਮਿਲਕੀ ਜੋ ਯੂਥ ਦੇ ਪ੍ਰਧਾਨ ਨੇ, ਹੋਰ ਅਨੇਕਾਂ ਜੋ ਸੱਜਣ ਬੈਠੇ ਨੇ। ਸੋ ਮੈਂ ਇੱਕੋ ਗੱਲ ਦਾ ਐਲਾਨ ਕਰਨਾ ਚਾਹੁੰਦਾ ਕਿ 1 ਕਰੋੜ ਰੁਪਇਆ ਹੋਰ ਸਟੇਡੀਅਮ ਦੇ ਲਈ ਅਸੀਂ ਭੇਜਾਂਗੇ ਔਰ 1 ਲੱਖ ਰੁਪਇਆ ਇਸ ਕਲੱਬ ਨੂੰ ਵੀ ਭੇਜੂੰਗਾ। 1 ਕਰੋੜ ਰੁਪਇਆ ਹੋਰ ਸਟੇਡੀਅਮ ਦੇ ਲਈ, 1 ਲੱਖ ਰੁਪਇਆ ਕਲੱਬ ਦੇ ਲਈ ਮੈਂ ਆਪਣੇ ਵੱਲੋਂ ਭੇਜੂੰਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬੂ ਪ੍ਰਕਾਸ਼ ਚੰਦ ਗਰਗ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ 1 ਲੱਖ ਰੁਪਇਆ ਇਸ ਕਲੱਬ ਨੂੰ ਦੇਣ ਦਾ ਐਲਾਨ ਕੀਤਾ। ਸੋ ਉਹਨਾਂ ਦਾ ਸਾਡੇ ਕਲੱਬ ਵੱਲੋਂ ਤਹਿ ਦਿਲੋਂ ਧੰਨਵਾਦ ਜੀ। ਲਓ ਬਿੱਲੇ ਨੇ ਕਬੱਡੀ ਪਾ ਦਿੱਤੀ ਹੈ ਇੱਧਰ ਗੁਰਪਿਆਰ ਸਿੰਘ ਗੋਗੋ। ਹੈਲੋ, 1 ਕਰੋੜ ਰੁਪਇਆ ਇਸ ਸਟੇਡੀਅਮ ਲਈ ਹੋਰ ਆ ਰਿਹਾ ਜੀ, 1 ਕਰੋੜ ਰੁਪਇਆ ਸਟੇਡੀਅਮ ਲਈ ਐਲਾਨ ਕਰਤਾ ਜੀ। ਸਟੇਡੀਅਮ ਨੂੰ ਹੋਰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਸੋ ਇੰਨੀਆਂ ਵਿਕਾਸ ਦੀਆਂ
ਗੱਲਾਂ ਤੇ ਇੰਨੀਆਂ ਚੀਜ਼ਾਂ ਆਪਣੇ ਸ਼ਹਿਰ ਨੂੰ ਮਿਲ ਰਹੀਆਂ ਨੇ। ਸੋ ਸਾਰੇ ਇਲਾਕੇ ਵੱਲੋਂ ਬਾਬੂ ਪ੍ਰਕਾਸ਼ ਚੰਦ ਗਰਗ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਹੜੇ ਹਮੇਸ਼ਾ ਵਿਕਾਸ ਦੇ ਸੇਵਾ ਲਈ ਤਤਪਰ ਰਹਿੰਦੇ ਨੇ ਜੀ। ਬਹੁਤ ਬਹੁਤ ਧੰਨਵਾਦ ਆ ਸਾਡੀਆਂ ਮਾਨ ਯੋਗ ਸ਼ਹੀਦਾਂ ਦਾ। ਲਾ ਗੁਰਵੀਰ ਸਿੰਘ ਗੱਗੜਪੁਰ ਪਿੰਡ ਦਾ ਕਹਿੰਦੇ ਭਾਈ ਹੀ ਕਬੱਡੀ ਸਗਲਰ ਦੀ ਤੇ ਦੂਸਰੇ ਪਾਸੇ ਕਈ ਗਾਡਰਾਂ ਵਰਗੇ ਧਾਵੀ ਜਿਸਨੇ ਡੱਕੇ ਹੁੰਦੇ ਆ, ਜਿੰਦਿਆਂ ਵਰਗੇ ਜੱਫੇ ਜਿਸਨੇ ਪੱਟੇ ਹੁੰਦੇ ਆ, ਕਿ ਮਾਣ ਬਖਸ਼ੇ ਲੋਕੀ ਮੋਟਰਸਾਈਕਲ ਕਾਰਾਂ ਦਾ। ਇਹ ਆ ਬਿੱਟਾ ਸਜੂਮੇ ਪਿੰਡ ਦਾ ਕਹਿੰਦੇ। ਬਸ ਇੱਕੋ ਮਿੰਟ ਜੀ ਦਿਲਸ਼ਾਦ ਜੀ, ਸਾਰੇ ਕਲੱਬ ਮੈਂਬਰਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਆ ਜਾਣ, ਤੇ ਬਾਬੂ ਪ੍ਰਕਾਸ਼ ਚੰਦ ਗਰਗ ਜੀ ਦਾ ਸਨਮਾਨ ਕਰਨਾ ਜੀ। ਇਹ ਮਾਣ ਬਖਸ਼ਦੇ ਲੋਕੀ ਮੋਟਰਸਾਈਕਲ ਕਾਰਾਂ ਦਾ, ਮੁਸ਼ਕਿਲ ਦੇ ਨਾਲ ਮਿਲਦਾ ਰੁਤਬਾ ਸੁਪਰ ਸਟਾਰਾਂ ਦਾ, ਮੁਸ਼ਕਿਲ ਦੇ ਨਾਲ ਰੁਤਬੇ ਮਿਲਦੇ ਆ। ਪਰ ਇਧਰਲੇ ਪਾਸੇ ਕਹਿੰਦੇ ਸਵਰਨਾ ਸਜੂਮੇ ਪਿੰਡ ਦਾ ਸਮੂਹ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਸਮੂਹ ਕਲੱਬ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਬਾਬੂ ਪ੍ਰਕਾਸ਼ ਚੰਦ ਗਰਗ ਜੀ ਦਾ ਸਨਮਾਨ ਕੀਤਾ ਜਾ ਰਿਹਾ ਜੀ, ਜਿਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਕਲੱਬ ਲਈ 1 ਲੱਖ ਰੁਪਇਆ ਤੇ ਇਸ ਸਟੇਡੀਅਮ ਨੂੰ ਹੋਰ ਅਤਿ ਆਧੁਨਿਕ ਦੇ ਪੰਜਾਬ ਦੇ ਤੇ ਇੰਟਰਨੈਸ਼ਨਲ ਲੈਵਲ ਦੇ ਵੱਡੇ ਸਟੇਡੀਅਮ ਦੇ ਵਿੱਚ ਆ ਜਾਵੇਗਾ। 1 ਕਰੋੜ ਰੁਪਇਆ ਵੀ ਅੱਜ ਐਲਾਨ ਕਰ ਦਿੱਤਾ ਜੀ ਇਸ ਸਟੇਡੀਅਮ ਵਾਸਤੇ। ਸੋ ਭਵਾਨੀਗੜ੍ਹ ਦਾ ਸਟੇਡੀਅਮ ਆਲ ਓਵਰ ਵਰਲਡ ਦੇ ਵਿੱਚ ਯਾਦ ਕੀਤਾ ਜਾਊਗਾ। ਇਹ ਸਾਰੇ ਵਿਕਾਸ ਦੀਆਂ ਗੱਲਾਂ ਬਾਬੂ ਪ੍ਰਕਾਸ਼ ਚੰਦ ਜੀ ਗਰਗ ਵੱਲੋਂ ਅੱਜ ਐਲਾਨ ਕੀਤੀਆਂ ਗਈਆਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਲਓ ਬੇਟਾ ਸਜੂਮੇ ਵਾਲਾ ਮੇਰੇ ਵੀਰੋ, ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਜੀ, ਬੇਟੇ ਦੀ ਖੇਡ ਚੰਗੀ ਲੱਗੀ ਆ। ਬੇਟਾ ਸਜੂਮੇ ਵਾਲਾ ਤੇ ਬਿੱਲੇ ਨੇ ਕਬੱਡੀ ਪਾ ਦਿੱਤੀ ਆ ਕਿ ਕੱਲੇ ਕੱਲੇ ਗਭਰੂ ਤੇ ਰੋਹ ਪੂਰਾ ਚੜਿਆ। ਹਲੋ ਉਹਨਾਂ ਦਾ ਇੱਥੇ ਆਉਣ ਤੇ ਆਪਣੇ ਕੀਮਤੀ ਸਮੇਂ ਚੋਂ ਟਾਈਮ ਕੱਢ ਕੇ ਖਿਡਾਰੀਆਂ ਦਾ ਹੌਸਲਾ ਅਫਜਾਈ ਕਰਨ ਤੇ ਬਹੁਤ ਬਹੁਤ ਧੰਨਵਾਦ। ਸਾਰੇ ਗਰੁੱਪ ਦੇ ਮੈਂਬਰ ਜੀ ਇੱਥੇ ਨੀਚੇ ਆ ਜਾਣ, ਇੱਕ ਗਰੁੱਪ ਫੋਟੋ ਹੋਵੇਗੀ। ਉਹਨਾਂ ਨੇ ਖਿਡਾਰੀਆਂ ਨੂੰ ਤੇ ਕਲੱਬ ਨੂੰ ਇੰਨਾ ਆਸ਼ੀਰਵਾਦ ਦਿੱਤਾ ਤੇ ਇਲਾਕੇ ਦੀ ਮਾਨੀ ਸ਼ਖਸੀਅਤ ਨੇ ਜੀ 1 ਕਰੋੜ ਰੁਪਇਆ ਇਸ ਸਟੇਡੀਅਮ ਲਈ ਦੇ ਦਿੱਤਾ ਗਿਆ ਜੀ, ਤਾਂ ਕਿ ਕਪਿਆਲ ਤੇ ਭੈਣੀ ਮਹਾਰਾਜ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਲਾ ਪਈ ਹੀ ਸਗਵਰ ਦੀ ਕਬੱਡੀ ਕਹਿੰਦੇ ਦੂਸਰੇ ਪਾਸੇ ਬਿੱਟਾ ਸਜੂਮੇ ਪਿੰਡ ਦਾ। ਲਓ ਵੇਖੋ ਕਿਹੜਾ ਕਰਦਾ ਟਰਾਈ ਤੇ ਪੁਆਇੰਟ ਜਿਹੜਾ ਗੱਗੜਪੁਰ ਵਾਲਾ ਗਭਰੂ ਕਹਿੰਦੇ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਲਓ ਸਜੂਮਾ ਪਿੰਡ ਦਾ ਸਵਰਨ ਇੱਕ ਸਵਰਨਾ ਬੈਲੀ ਹੋਇਆ ਕਹਿੰਦੇ ਕਿ ਬੈਲੀ ਭੱਜ ਤੁਰਿਆ ਜੀਤੇ ਮਾਰ ਦਾ ਪੰਗਾ ਪਾ ਕੇ। ਬਹੁਤ ਬਹੁਤ ਧੰਨਵਾਦ ਜੀ ਬਾਬੂ ਪ੍ਰਕਾਸ਼ ਚੰਦ ਗਰਗ ਜੀ ਦਾ, ਜਿਨ੍ਹਾਂ ਨੇ ਸਾਡਾ 1 ਲੱਖ ਰੁਪਇਆ ਦੇ ਕੇ ਮਾਣ ਸਨਮਾਨ ਵਧਾਇਆ ਤੇ 1 ਕਰੋੜ ਰੁਪਇਆ ਇਸ ਸਟੇਡੀਅਮ ਨੂੰ ਦਿੱਤਾ ਜੀ। ਇਹ ਸਟੇਡੀਅਮ ਪੰਜਾਬ ਨਹੀਂ ਬਲਕਿ ਇੰਡੀਆ ਲੈਵਲ ਤੇ ਅੰਤਰਰਾਸ਼ਟਰੀ ਲੈਵਲ ਤੇ ਇਹ ਸਟੇਡੀਅਮ ਦਿਖਾਇਆ ਕਰੂਗਾ। ਇੰਨੇ ਪੈਸੇ ਦੇ ਰਹੇ ਨੇ ਜੀ ਸ਼ਹਿਰ ਲਈ, ਉਹਨਾਂ ਦਾ ਸਾਰੇ ਇਲਾਕੇ ਵੱਲੋਂ ਪੂਰਾ ਪਿਆਰ ਤੇ ਸਤਿਕਾਰ ਜੀ, ਬਹੁਤ ਬਹੁਤ ਉਧਰ ਕਹਿੰਦੇ ਗਭਰੂ ਨੇ ਗੁਰਵੀਰ ਨੇ ਫਿਰ ਕਬੱਡੀ ਪਾ ਦਿੱਤੀ ਆ। ਲੱਭ ਪਈ ਹਿਸ ਨੌਜਵਾਨ ਦੀ ਕਬੱਡੀ ਕਿ ਵੇਖਾਂਗੇ ਚਾਰਾਂ ਜਾਫੀਆਂ ਦੇ ਵਿੱਚੋਂ ਕਿ ਜਿਸਮ ਮਚਾਉਣਾ ਪੈਂਦਾ ਵਿੱਚ ਆ ਕੇ ਫਿਰ ਜਾ ਕੇ ਹੁੰਦੇ ਨੇ ਚਰਚੇ ਲੋਕੋ ਵਿੱਚ ਰੱਖਦੇ। ਲਓ ਇਧਰਲੇ ਪਾਸੇ ਸੋਨੀ ਸਜੂਮੇ ਪਿੰਡ ਵਾਲਾ ਤਗੜਾ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ। ਲਓ ਸੋਨੀ ਸਜੂਮਿਆਂ ਪਿੰਡ ਦਾ ਆਪਣੀ ਟੀਮ ਦੇ ਲਈ ਅੱਜ ਬੰਨਾ ਕਾਠਾ ਕਹਿੰਦੇ ਭਵਾਨੀਗੜ੍ਹ ਦੇ ਵਿੱਚ ਮੇਰੇ ਵੀਰੋ ਜੁੜੀ ਹੀ ਸੰਗਤ ਦਾ ਉਚੇਚੇ ਤੌਰ ਤੇ ਧੰਨਵਾਦ ਹੈ। ਲਓ ਇਧਰ ਘਮਾਣਾ ਦਾ ਮੁੰਡਾ ਕਹਿੰਦੇ ਲੱਭ ਪਈ ਹੀ ਕਹਿੰਦੇ ਅਵਤਾਰ ਸਿੰਘ ਦੀ ਕਬੱਡੀ ਕਹਿੰਦੇ ਇੱਕ ਪਾਸੇ ਗੁਰਪਿਆਰ ਸਿੰਘ ਗੋਗੋ ਕਿ ਇਧਰਲੇ ਪਾਸੇ ਕਹਿੰਦੇ ਘਰਾਚੋ ਪਿੰਡ ਦਾ ਗਭਰੂ ਮੇਰੇ ਵੀਰੋ ਇਹ ਆ ਜੁਗਨੂ ਘਰਾਚੋ ਦਾ ਤੇ ਪੁਆਇੰਟ ਜਿਹੜਾ ਅਵਤਾਰ ਸਿੰਘ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ। ਲਓ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਫਿਰ ਆ ਗਭਰੂ ਵਾਧਾ ਹੋਇਆ ਕਿ ਕੋਈ ਪੁੱਛਦਾ ਬਿੱਟੂ ਦੁਗਾਲ ਬਾਰੇ ਕੋਈ ਗੱਲ ਕੁੱਲ ਜੀ ਤੇ ਤਾਂ ਕਰੀ ਜਾਂਦਾ, ਕੋਈ ਬਗਿਆਂ ਦੇ ਦਿਲ ਨੂੰ ਸਟਾਰ ਆਖੇ ਕੋਈ ਮੰਗੀ ਤਾਂ ਇਸ਼ਤਾਰ ਕਹੀ ਜਾਂਦਾ। ਪਰ ਇਧਰਲੇ ਪਾਸੇ ਸਜੂਮਿਆਂ ਪਿੰਡ ਵਾਲਾ ਬੇਟਾ ਤੇ ਨੌਜਵਾਨ ਦੀ ਕੀਤੀ ਹੀ ਟਰਾਈ ਕਹਿੰਦੇ ਪੂਰੀ ਜੀਦਾਰੀ ਦੇ ਨਾਲ ਹੈ ਪੁਆਇੰਟ ਜਿਹੜਾ ਸਿੱਧ ਗਭਰੂ ਨੇ ਬੱਲੇ 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 ਪਰ ਵੇਖੋ ਕਿਹੜਾ ਪੁਆਇੰਟ ਜਿਹੜਾ ਇਸ ਧਾਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ। ਬਿੱਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਪਿਆਰ ਤੇ ਭੈਣੀ ਮਹਾਰਾਜ
दोनों टीम ग्राउंड आ जा कपियाल भैनी महाराज लो गुरप्यार सिंह गोगो एक रुड़की पिंड बल्ले बल्ले मारो एक बार जोरदार गुरप्यार के नाते ताड़ी यह गुरप्यार सिंह गोगो सरदार भरपूर सिंह का पुत कहते तकड़ा जफा ला के अपनी टीम के लिए पिंड का वादा करता हो अगली कबड्डी भूशी दी है कहते कपियाल भैनी महाराज टीम ग्राउंड के आ जाएगी ला भूशी की पैसी कबड्डी के बारह कहते एक बारह टोने वाली एक पासे कहते नौजन अपनी टीम के लिए पिंड का वादा करता हो कपियाल भैनी महाराज दोनों टीम जल्दी नाल ग्राउंड आनगी लो सवरना सजोमे पिंड का अपनी टीम के लिए कबड्डी पाने लिए वादा हो कबड्डी फैल गई संसार में सारे होगी जग ते मशहूर जी मामा कर दिया उठ के दुआव रख नैणा च सरूर जी हेलो साढ़े विचकार करणवीर सिंह जी क्रांति सबका प्रधान पंजाबी यूनिवर्सिटी पटियाला एसओ आई वह भी पहुंचे ने दो दिन तो साढ़े नाल सेवावान निभा रहे उन्हों का भी बहुत बहुत धन्यवाद जी ला इधर कहते पैसी सगवर की कबड्डी मंगल धालीवाल साडा भरा कहते बड़ी मुबारक मानदा भरा अज बड़े उदम किते बड़ा टूरनामेंट जिहड़ा करवाया सिरे दे मैच ला इधरले पासे बेटा सजूमे पिंड का बल्ले बल्ले करवाउंदा जाफी दे नाते एक बारी जोरदार ताड़ी मारो क्योंकि गवर्नर ने सवेर तो ही कहते तगड़े जफे ला के धन धन करवाई हुई है यह बेटा सजूमे पिंड का कहते महला चौंक के एरिए का खिडारी ला अगली कबड्डी कहते घमाणा का मुंडा के तू लाहोश बने दी मैल कुड़े साडा दड़बा पिंड घमाणा का मेरा पूरा ना जरनैल कुड़े कदे दड़बे दे कहते जरनैल जैली ने घमाण परिवार ने गल की ला उसे गोदा खिडारी भी कहते अवतार सिंह घमाण है एक पासे जगा संघरेड़ी पिंड का ला वेखो किरा जाफी नहीं की फिर ट्राई बल्ले 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 मारो ताड़ी एक बारी जगे के नाते यह कहते जगा झनेड़ी संघरेड़ी पिंड का कहते अवतार सिंह घमाण में जफा ला के पॉइंट अपनी टीम के लिए जोड़ता हुआ हेलो यह जगा संघरेड़ी पिंड का जेडे जाफी ने जफा लाया जी उन्होंने सरदार बलवंत सिंह जी शेरगिल सबका एडीसी वालों 100 रुपया उस स्टेज तो आके लै जाए जी ला अगली कबड्डी कहते गुरवीर ने पा दिती है कि कंडिया की मार सह के मिलता है फुल भी परख पर के पाँदा जवारी हीरे का मुल भी इतने हुनर के मुल पेंदे रंग देखा नहीं जाता गोरा ते काला ना जग ते कमाना नहीं सकाला यह गुरवीर गगड़पुर पिंड का जिथों के बबल की गल चलती है कदे राजू की गल कदे मनवीर की गल ला अगली कबड्डी पाने लिए कहते यह सवरना सजूमे पिंड का कहते कपियाल की टीम जी ग्राउंड सोचे होनी साढ़े भरा इन्हों का धन्यवाद है ला पैसी गबर की कबड्डी ला देखांगे चार जाफिया एक पासे मखण यह गुरप्यार सिंह गोगो भरपूर सिंह का पुत कहते पर वेखो कहना ऐसा नौजन ने पॉइंट जरा अपनी टीम के लिए जोड़ दिता ला अगली कबड्डी फिर सगवर ने पा दी है पैसी कबड्डी कि लथ जाती भुख देख गुंदे हुए शरीर चुम दिया जित पैर आन के खीर बेट मार दे जमाने में जाके हूं मजबूत खड़िया कर दे मेहनत खुराक खा के खुलिया मार दे मल्ला वड्डिया वड्डिया मल्ला मार दे कबड्डी के खिलाड़ी उधर कहते फिर कबड्डी पाने लिए सजूमे पिंड का स्वर्ण बांधा होया कि लोहे वर्गे पट्टा उत्ते मारन पोली थापी एक पासे ने रेडर खड़े दूजे पासे जाफी पेचा पै गया नाल बगाने पता लग जू बिच मदाने मिलने यार मुल खुराक खादिया ने यह जगह संघरेड़ी पिंड का पॉइंट जिहड़ा इस गवरों ने अपनी टीम के लिए जोड़ दिता अज कपियाल की टीम भी कहते सिरे की टीम आ अज सिरे की बारी है मोटरसाइकलों से कैड़ी टीम सवार होंगी है इस समय की गल है कि कोई मोटरसाइकिल जिते हथ पावे टीवी एलसीडी के बेख हौसला होंदा लोगों नवी पीढ़ी जोर बारे लै जाते जित के नैनो वर्गिया कारा कित प्रीत ट्रैक्टर मिलते एक मगगी वर्गे यार कोई मुंदरी बस में कर रहे कोई घ्यो दे टीना तो दे हौसला सते इन्हों मस्त शकीना एक कबड्डी के शौकीन ने कबड्डी के सदाई ने सेहत 7 तरीक कलारा तो साडे भरा पुजे हुए उन्होंने 7 तरीक जे 75 के ओपन के मैच करवाए जाएंगे धन्यवाद है लो सवरने की पैसी कबड्डी यह मखण घरा चो पिंड
ਵੱਡੇ ਤਜਰਬੇ ਵਾਲਾ ਜਾਫੀ ਕਹਿੰਦੇ ਪਰ ਸਵਰਨਾ ਸਜੂਮੇ ਪਿੰਡ ਦਾ ਆ ਵੇਖੋ ਇਹ ਆ ਕਹਿੰਦੇ ਸਵਰਨਾ ਸਜੂਮੇ ਪਿੰਡ ਦਾ ਜੇ ਪੁਆਇੰਟ ਵਧੀਆ ਲੱਗਿਆ ਦਰਸ਼ਕ ਵੀਰੋ ਜ਼ੋਰ ਲੈ ਤਾੜੀ ਮਾਰੋ ਇੱਕ ਵਾਰ ਕਿਉਂਕਿ ਨੰਬਰ ਮੁੰਡੇ ਨੇ ਸਿਰੇ ਦਾ ਆਪਣੀ ਟੀਮ ਦੇ ਲਈ ਜੋੜਿਆ ਉਹਦੇ ਪਵਿੱਤਰ ਕਪਿਆਲ ਵੀ ਪੁੱਜਿਆ ਹੋਇਆ ਅੱਜ ਕਹਿੰਦੇ ਸਿਰੇ ਦੇ ਖਿਡਾਰੀ ਪੁੱਜੇ ਹੋਏ ਆ ਦੁਨੀਆਂ ਦੇ ਚੋਟੀ ਦੇ ਮੱਲ ਪੁੱਜੇ ਹੋਏ ਆ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਆ ਗੱਭਰੂ ਵਾਧਾ ਹੋਇਆ ਕਿ ਬਿਨਾਂ ਮਿਹਨਤਾਂ ਨਹੀਂ ਰਾਹ ਸਿਆਣਿਆਂ ਦੇ ਕੱਢੇ ਸਿੱਟੇ ਜਿੰਨਾ ਸੋਨਾ ਲੱਭਣਾ ਹੁੰਦਾ ਪੱਟ ਦਿੰਦੇ ਨੇ ਟੱਲ ਇੱਕ ਨੇ ਤਾਂ ਪੱਕਾ ਢਹਿਣੀ ਏ ਜਦੋਂ ਘੁਲਦੇ ਨੇ ਤੋਂ ਮੱਲ ਇਹ ਆ ਬਿੱਟਾ ਸਜੂਮੇ ਪਿੰਡ ਦਾ ਖੇਡ ਕਬੱਡੀ ਦਾ ਭਾਰੀ ਜਾਫੀ ਕਹਿੰਦੇ ਮਾਰੋ ਤਾਰੀ ਇੱਕ ਪਾਸੇ ਬਿੱਟਾ ਸਜੂਮੇ ਦਾ ਵਾਹ ਓਏ ਗੱਭਰੂਆ ਹੈਲੋ ਇਹ ਆ ਗੁਰਵੀਰ ਇਸ ਮੈਚ ਦੇ ਵਿੱਚ ਸਾਡਾ ਬਹੁਤ ਹੀ ਚੰਗਾ ਪਲੇਅਰ ਵਿੱਕੀ ਭਵਾਨੀਗੜ੍ਹ ਵੀ ਖੇਡ ਰਿਹਾ ਜੀ ਇਸ ਕਲੱਬ ਦਾ ਮੈਂਬਰ ਵੀ ਹੈ ਤੇ ਤੂਰਪਤੀ ਦੀ ਸ਼ਾਨ ਵੀ ਹੈ ਇਹਦੇ ਨਾਲ ਮੰਗਲ ਧਾਲੀਵਾਲ ਸਾਡਾ ਪ੍ਰਧਾਨ ਹੈ ਜੋ ਉਹ ਇਕੱਠੇ ਖੇਡਦੇ ਰਹੇ ਨੇ ਇਹ ਵਿੱਕੀ ਭਵਾਨੀਗੜ੍ਹ ਜੀ ਉਧਰ ਬਲਕਾਰਾ ਰੂਪਾ ਹੀੜੀ ਵਾਲਾ ਵੀ ਪੁੱਜਿਆ ਹੋਇਆ ਸਾਡਾ ਭਰਾ ਸਾਰਿਆਂ ਦਾ ਧੰਨਵਾਦ ਹੈ ਵਿੱਕੀ ਵਰਗੇ ਕਹਿੰਦੇ ਸੁੱਚੇ ਵਰਗੇ ਕਬੱਡੀ ਦੇ ਵੱਡੇ ਮੱਲ ਪੁੱਜੇ ਹੋਏ ਆ ਸਾਰਿਆਂ ਦਾ ਅਚੇਚੇ ਤੌਰ ਤੇ ਧੰਨਵਾਦ ਹੈ ਉਧਰ ਸਾਡਾ ਬਾਈ ਲਾਡੀ ਕੈਨੇਡਾ ਵਾਲਾ ਕਹਿੰਦਾ 100 ਰੁਪਇਆ ਬੋਲਾਂ ਤੋਂ ਖੁਸ਼ ਹੋ ਕੇ ਪੁੱਜਦੇ ਕਰਦਾ ਅਚੇਚੇ ਤੌਰ ਤੇ ਭਰਾ ਦਾ ਧੰਨਵਾਦ ਹੈ ਲੈ ਪਈ ਹੀ ਕਬੱਡੀ ਕਹਿੰਦੇ ਇਸ ਗਬਰ ਦੇ ਸਜੂਮੇ ਪਿੰਡ ਦਾ ਘਰਾਚੋ ਵਾਲੇ ਜੱਫਾ ਲਾਵਗੇ ਤਾਂ ਬੱਲੇ ਬੋਲੇ ਹੋਣੀ ਆ ਇਹ ਆ ਜੁਗਰੂ ਘਰਾਚੋ ਪਿੰਡ ਦਾ ਬੱਲੇ 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 ਮਾਰੋ ਤਾਰੀ ਇੱਕ ਪਾਸੇ ਜੁਗਰੂ ਤੇ ਇੱਕ ਪਾਸੇ ਸਵਰਨਾ ਸਜੂਮੇ ਪਿੰਡ ਦਾ ਬੱਲੇ 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 ਵਾਹ ਓਏ ਗਬਰੂ ਤਾੜੀ ਮਾਰੋ ਇੱਕ ਵਾਰੀ ਕਹਿੰਦੇ ਸੀ ਗਬਰੂ ਦੇ ਨਾਤੇ ਦਿਲਸ਼ਾਦ ਜੀ ਜਿਹੜਾ ਪਲੇਅਰ ਨਹੀਂ ਖੇਡ ਰਿਹਾ ਉਹਨੂੰ ਬੇਨਤੀ ਕਰੋ ਕਿ ਬੈਠ ਜਾਣ ਕੇ ਬੇਨਤੀ ਆ ਭਰਾਵੋ ਆਪਾਂ ਸਾਈਡ ਤੇ ਹੋ ਕੇ ਵਾਰਮ ਅਪ ਹੋ ਲਈਏ ਅਗਲੀਆਂ ਟੀਮਾਂ ਭੈਣੀ ਮਹਾਰਾਜ ਦੀ ਟੀਮ ਨੂੰ ਬੇਨਤੀ ਆ ਉਹ ਵੀ ਟੀਮ ਗਰਾਊਂਡ ਦੇ ਵਿੱਚ ਆਵੇਗੀ ਲੈ ਭੂਸ਼ੀ ਦੀ ਪਈ ਹੀ ਕਬੱਡੀ ਕਹਿੰਦੇ ਇੱਕ ਪਾਸੇ ਸੋਨੀ ਸਜੂਮੇ ਦਾ ਤੇ ਬਿੱਟਾ 12 ਤੇ ਕਾਲੂ ਕਹਿੰਦੇ ਇਹ ਸੋਨੀ ਸਜੂਮਿਆਂ ਦਾ ਬੱਲੇ 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 ਇੱਕ ਵਾਰੀ ਸੋਨੀ ਦੇ ਨਾਂ ਤੇ ਤਾੜੀ ਮਾਰੋ ਕਹਿੰਦੇ ਗਬਰੂ ਨੇ ਸਿਰੇ ਦਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜ ਦਿੱਤਾ ਲੈ ਬਿੱਲੇ ਨੇ ਅਗਲੀ ਕਬੱਡੀ ਪਾ ਦਿੱਤੀ ਆ ਲੈ ਬਿੱਲੇ ਦੀ ਪਈ ਹੀ ਕਬੱਡੀ ਕਹਿੰਦੇ ਬਿੱਲਾ ਨਾਂ ਵੀ ਕਬੱਡੀ ਦੇ ਵਿੱਚ ਮਸ਼ਹੂਰ ਹੈ ਕਹਿੰਦੇ ਪਈ ਹੀ ਕਬੱਡੀ ਮੱਖਣ ਘਰਾਚੋ ਵਾਲਾ ਤੇ ਗੁਰਪਿਆਰ ਸਿੰਘ ਡਾਕਟਰ ਕਹਿੰਦੇ ਘਰਾਚੋ ਪਿੰਡ ਵਾਲਾ 14 ਫਰਵਰੀ 14 ਮਾਰਚ ਕਹਿੰਦੇ ਘਰਾਚੋ ਦੇ ਵਿੱਚ ਰੌਣਕਾਂ ਲੱਗਣਗੀਆਂ ਪਰ ਇਧਰਲੇ ਪਾਸੇ ਕਹਿੰਦੇ ਗਬਰੂ ਨੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜ ਦਿੱਤਾ ਉਧਰ ਕਬੱਡੀ 365 ਡੋਟ ਕਮ ਤੇ ਦੁਨੀਆ ਜੁੜੀ ਬੈਠੀ ਆ ਪਰ ਇਧਰਲੇ ਪਾਸੇ ਕਹਿੰਦੇ ਅਗਲੀ ਕਬੱਡੀ ਕਹਿੰਦੇ ਇਸ ਗਬਰੂ ਨੇ ਪਾ ਦਿੱਤੀ ਆ ਅੱਜ ਕਹਿੰਦੇ ਭਵਾਨੀਗੜ੍ਹ ਦੇ ਵਿੱਚ ਭਾਰੀ ਇਕੱਠ ਹੋਇਆ ਹੋਇਆ ਸਾਰੇ ਦਰਸ਼ਕ ਵੀਰ ਆਨੰਦ ਮਾਣਦੇ ਆ ਖੇਡ ਕਬੱਡੀ ਦਾ ਲੱਭੇ ਹੀ ਕਬੱਡੀ ਕਹਿੰਦੇ ਦੂਸਰੇ ਪਾਸੇ ਕਹਿੰਦੇ ਸੋਨੀ ਸਜੂਮੇ ਪਿੰਡ ਵਾਲਾ ਬੱਲੇ ਬੱਲੇ ਕਰਵਾਉਂਦਾ ਹੋਇਆ ਪਰ ਵੇਖੋ ਕਿਹੜਾ ਪੁਆਇੰਟ ਜਿਹੜਾ ਗੱਗੜਪੁਰੀਏ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਮਰੀਕ ਦਵਾਈ ਜੀ ਤੇ ਜਗਦੀਪ ਸਿੰਘ ਜੀ ਬਾਂਟੀ ਦੇ ਫੁੱਫੜ ਜੀ ਉਹ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਆ ਉਹਨਾਂ ਦਾ ਵੀ ਧੰਨਵਾਦ ਆ ਇੱਧਰ ਕਹਿੰਦੇ ਮੱਖਣ ਘਰਾਚੋ ਵਾਲਾ ਬੱਲੇ 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 ਵਾਹ ਓਏ ਗਬਰੂਆ ਇਹ ਆ ਮੱਖਣ ਘਰਾਚੋ ਦਾ ਜੇ ਜੱਫਾ ਵਧੀਆ ਲੱਗਿਆ ਮੱਖਣ ਦਾ ਇੱਕ ਵਾਰੀ ਜ਼ੋਰ ਲੈ ਤਾੜੀ ਮਾਰੋ